ਵਧਦੀ ਧੁੰਦ ਦੇ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਰੋਡਵੇਜ਼ ਦੀ ਬੱਸ ਦੀ ਟੱਕਰ ਇੱਕ ਟਰਾਲੇ ਦੇ ਨਾਲ ਹੋਈ ਹੈ। ਟਰਾਲੇ ਦੇ ਨਾਲ ਟੱਕਰ ਹੋਣ ਤੋਂ ਬਾਅਦ ਬੱਸ 'ਚ ਬੈਠੀਆਂ ਕਈ ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਮਾਮਲਾ ਜਿੰਦ ਤੋਂ ਸਾਹਮਣੇ ਆਇਆ ਜਿੱਥੇ ਕਿ ਬੱਸ ਅਤੇ ਟਰਾਲੇ ਦੀ ਟੱਕਰ ਹੋਈ ਜਿਸ ਦੇ ਵਿੱਚ ਕਈ ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ। ਹਾਲਾਂਕਿ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਬੱਸ ਦਾ ਅਗਲਾ ਹਿੱਸਾ ਹੈ ਉਹ ਬਿਲਕੁਲ ਹੀ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ। ਹਾਲਾਂਕਿ ਕਿਹਾ ਜਾ ਰਿਹਾ ਕਿ ਬੱਸ ਚਾਲਕ ਦੇ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਸ ਨੂੰ ਵੀ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਜਦੋਂ ਇਹ ਬੱਸ ਜਾ ਰਹੀ ਸੀ ਤਾਂ ਸਾਹਮਣੇ ਤੋਂ ਬੇਕਾਬੂ ਹੋ ਕੇ ਇੱਕ ਟਰਾਲਾ ਬੱਸ ਦੇ ਨਾਲ ਟਕਰਾ ਜਾਂਦਾ। ਹਾਲਾਂਕਿ ਟੱਕਰ ਤੋਂ ਬਾਅਦ ਜਦੋਂ ਬੱਸ ਸਾਈਡ ਦੇ ਵਿੱਚ ਜਾ ਕੇ ਖੜੀ ਹੁੰਦੀ ਹੈ ਤਾਂ ਟਰਾਲਾ ਚਾਲਕ ਮੌਕੇ ਤੋਂ ਟਰਾਲਾ ਲੈ ਕੇ ਫਰਾਰ ਹੋ ਜਾਂਦਾ। ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਹਰਿਆਣਾ ਦੇ ਜਿੰਦ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਸੰਘਣੀ ਧੁੰਦ ਇਸ ਦੀ ਵਜ੍ਹਾ ਦੱਸੀ ਜਾ ਰਹੀ ਹੈ। ਟਰਾਲੇ ਅਤੇ ਹਰਿਆਣਾ ਰੋਡਵੇਜ਼ ਦੀ ਬੱਸ ਦੀ ਟੱਕਰ ਹੋਈ ਹੈ। तो आमने सामने टक्कर हुई है। आमने सामने न्यून तक रखी इधर बस। तो कितनी सवारी थी बंटी? एक नौ तक गिनती की तो बहन फिर चौकी बैठी थी। तो ट्रक वाला है? ट्रक वाला तो न्यून गया ना गया। बाज गया। तो सवारी में चोट लगी है? लग रही है किसी का हाथ में लग रही है। घट रहे और का तो मन दिखा पा घट रहा है। क्या नाम बंटी आपका? बेबी बेबी है। तो पीछे ट्राला रहे इसके? आगे ट्राला था पीछे बस थी। तो बस ज्यादा तेज चल रही थी? हाँ दोनों स्पीड में थे। अच्छा बस भी और ट्राला भी। तो ब्रेक मारी क्या पहले बस ने? ट्राला ने ब्रेक किया। अच्छा हाँ इस करके ना बस है। अच्छा तो कितनी सवारी थी? तो सुरक्षित है सवारी सारी? हाँ सेफ है भी सारा होता है। तो किस जगह आई है एक्सीडेंट? किस जगह है ये? धोड़ी वाले हाईवे पर जो धोड़ी का रोड पट है हाईवे पर। क्या नाम है आपका? नाम क्या है? नाम संजय है।